ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਬਣ ਗਈ ਹਾਂ ਮਿਸਿਸ ਅੰਮ੍ਰਿਤਸਰ 2019 ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ 9to9 ਐਂਟਰਟੇਨਮੈਂਟ ਵਾਲਿਆਂ ਦਾ ਜਿਨ੍ਹਾਂ ਨੇ ਇਹ ਪਲੈਟਫਾਰਮ ਦਿੱਤਾ ਮੈਰਿਟ ਗਰਲਸ ਨੂੰ ਕਿ ਉਹ ਆਪਣਾ ਟੈਲੈਂਟ ਵਿਖਾ ਸਕਣ। ਜੋ ਸੁਪਨੇ ਉਹਨਾਂ ਦੇ ਕੁਆਰੇ ਹੁੰਦੇ ਨਹੀਂ ਪੂਰੇ ਹੋਏ, ਉਹ ਉਹਨਾਂ ਦੇ ਵਿਆਹ ਤੋਂ ਬਾਅਦ ਪੂਰੇ ਹੋਣ, ਜਿੱਦਾਂ ਕਿ ਮੈਂ। ਔਰ ਇਹ ਟਰੋਫੀ ਮੇਰੀ ਇਕੱਲੀ ਦੀ ਨਹੀਂ ਆ, ਇਹ ਟਰੋਫੀ ਮੇਰੀ ਸਾਰੀ ਫੈਮਿਲੀ ਦੀ ਆ, ਸਪੈਸ਼ਲੀ ਮੇਰੇ ਮਦਰ ਇਨ ਲਾਅ ਦੀ ਆ, ਜਿਨ੍ਹਾਂ ਨੇ ਮੈਨੂੰ ਇੰਨਾ ਜ਼ਿਆਦਾ ਸਪੋਰਟ ਕੀਤਾ ਅਤੇ ਉਹਨਾਂ ਦੀ ਵਜ੍ਹਾ ਨਾਲ ਹੀ ਅੱਜ ਮੈਂ ਇੱਥੇ। ਥੈਂਕ ਯੂ ਸੋ ਮਚ।